بسم اللہ الرحمن الرحیم السلام علیکم ورحمۃ اللہ جی اج میں ਤੁਹਾਡੇ واسطے ਲੈ ਕੇ ਆਈਆਂ ਬਹੁਤ ਹੀ ਵਧੀਆ ਜੀ ਰੈਸਪੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਟਿੰਡੀ گوشਤ ਦਾ ਸਾਲਨ ਬਹੁਤ ਹੀ ਵਧੀਆ ਤੇ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਤਰੀਕੇ ਨਾਲ ਬਣਾਇਆ ਜਾਂਦਾ ਹੈ ਇਹਦੇ ਵਾਸਤੇ ਜੀ ਸਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਜਿਹੜੀਆਂ ਇਹਦੇ ਵਾਸਤੇ ਜੀ ਮੈਂ ਅੱਧਾ ਕਿਲੋ ਟਿੰਡੀਆਂ ਲੈ ਲਈਆਂ ਇੱਕ ਪਾਉ ਸਾਨੂੰ ਚਿਕਨ ਚਾਹੀਦਾ ਮੁਰਗੀ ਦਾ گوشਤ ਨਾਲ ਸਾਨੂੰ ਪਿਆਜ਼ ਚਾਹੀਦਾ ਇੱਕ ਟਮਾਟਰ ਹਰੀ ਮਰਚਾ ਤੇ ਲਸਣ ਚਾਹੀਦਾ ਸਾਨੂੰ ਨਾਲ ਸਾਨੂੰ ਚਾਹੀਦਾ ਜੀ ਹਰਾ ਧਨੀਆ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅੱਜ ਤਿਆਰ ਕਰਾਂਗੇ ਅਸੀਂ ਵਧੀਆ ਜੀ ਟਿੰਡੀ گوشਤ ਦਾ ਸਾਲਨ ਸਭ ਤੋਂ ਪਹਿਲਾਂ ਜੀ ਅਸੀਂ ਕੜਾਈ ਦੇ ਵਿੱਚ گوشਤ ਲੈ ਲੈਣਾ ਹੈ ਕਿ ਹੋ ਲੈਣਾ ਉਹਦੇ ਵਿੱਚ ਤੁਸੀਂ ਜਿਹੜਾ ਹੈ ਨਾ ਲੈਸਨ ਦਾ ਪੇਸਟ ਬਣਾ ਕੇ ਸ਼ਾਮਿਲ ਕਰ ਦੇਣਾ ਇਹਨੂੰ ਥੋੜਾ ਜਿਹਾ ਤੜਕਾ ਲਵਾ ਕੇ ਤੇ ਇਹਦੇ ਵਿੱਚ ਜੀ ਤੁਸੀਂ ਸ਼ਾਮਿਲ ਕਰ ਦੇਣਾ ਹੈ ਮੁਰਗੀ ਦਾ گوشਤ ਇਹਨੂੰ ਜੀ ਚਿਕਨ ਨੂੰ ਸ਼ਾਮਿਲ ਕਰਕੇ ਇਹੋ ਜੀ ਵਧੀਆ ਜਿਹਾ ਸੂਸੀ ਖੋ ਦੇ ਵਿੱਚ ਪਾ ਲੈਣਾ ਠੀਕ ਹੈ ਜੀ ਬਹੁਤ ਹੀ ਮਜ਼ਾਦਾਰ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਇਹ ਬਣ ਜਾਂਦਾ ਜਦੋਂ ਵਧੀਆ ਜਿਹਾ ਇਹਨੂੰ ਇਹਦਾ ਕਲਰ ਜਿਹੜਾ ਹੈ ਨਾ ਰੰਗ ਜਿਹੜਾ ਬਦਲ ਜਾਵੇ ਇੱਕ ਗੋਸ਼ਤ ਦਾ ਤੇ ਫਿਰ ਜਿਹੜਾ ਤੁਸੀਂ ਨਾਲ ਵਿੱਚ ਸ਼ਾਮਿਲ ਕਰ ਦੇਣਾ ਹੈ ਪਿਆਜ਼ ਨੂੰ ਬismillah ਰਹਿਮਨ ਰਹਿਮ ਪਿਆਜ਼ ਨੂੰ ਸੇ ਸ਼ਾਮਿਲ ਕਰ ਦੇਣਾ ਸ਼ਾਮਿਲ ਕਰਕੇ ਤੇ ਇਹਨਾਂ ਵੀ ਅਜੀ ਅਸੀਂ ਕਿਉਂ ਦੇ ਵਿੱਚ ਭੁੱਲ ਨਵਾਂਗੇ ਵਧੀਆ ਜਿਆ ਠੀਕ ਹੈ ਜੀ ਜੂ ਵਧੀਆ ਜਿਆ ਪੁੰਜਾਵੇ ਤੇ ਇਹਦੇ ਵਿੱਚ ਤੁਸੀਂ ਟਮਾਟਰ ਸ਼ਾਮਿਲ ਕਰ ਦੇਣਾ ਇੱਕ ਟਮਾਟਰ ਲੈਣਾ ਤੇ ਨਾਲ ਅਸੀਂ ਸ਼ਾਮਿਲ ਕਰ ਦਈਆਂ ਹਰੀਆਂ ਮਿਰਚਾਂ ਠੀਕ ਹੈ ਜੀ ਇਹਨਾਂ ਸ਼ਾਮਿਲ ਕਰਕੇ ਤੇ ਅਸੀਂ ਇਹਨਾਂ ਨੂੰ ਵੀ ਵਧੀਆ ਜਿਆ ਕਿਓ ਦੇ ਵਿੱਚ ਪੋਲ ਲਵਾਂਗੇ ਅਸੀਂ ਪਾਣੀ ਨਹੀਂ ਨਹੀਂ ਸ਼ਾਮਿਲ ਕਰਨਾ ਸਿਰਫ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਿਓ ਦੇ ਵਿੱਚ ਹੀ ਪੁੰਨਾਗੇ ਵਧੀਆ ਜੇ ਲਾਜਵਾਬ ਜੇ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਵਾਂਗੇ ਤੇ ਥੋੜੀ ਦੇਰ ਇਹਨਾਂ ਨੂੰ ਟੱਕੇ ਤੇ ਅਸੀਂ ਰੱਖ ਦੇਵਾਂਗੇ ਜੋ ਟੱਕੇ ਰੱਖਾਂਗੇ ਤੇ ਵਧੀਆ ਜੇ ਹਰ ਚੀਜ਼ ਜਿਹੜੀ ਹੈ ਨਾ ਮਾਸ਼ਾਅੱਲਾ ਵਧੀਆ ਜੇ ਖੂਬਸੂਰਤ ਤਰੀਕੇ ਦੇ ਨਾਲ ਬਣ ਜਾਊਗੀ ਤਿਆਰ ਹੋ ਜਾਊਗੀ ਜੋ ਇਸ ਤਰੀਕੇ ਨਾਲ ਆਜਵੇ ਵਿੱਚ ਤੁਹਾਨੂੰ ਤੁਸੀਂ ਥੋੜਾ ਜਿਹਾ ਪਾਣੀ ਲਗਾ ਦੇਣਾ ਹੈ ਬਿਸਮਿਲਲਾਹਿ ਰਹਿਮਨ ਰਹੀਮ ਥੋੜਾ ਜਿਹਾ ਪਾਣੀ ਲਗਾ ਕੇ ਤੇ ਫਿਰ ਜੀ ਇਹਦੇ ਵਿੱਚ ਅਸੀਂ ਮਸਾਲੇ ਸ਼ਾਮਿਲ ਕਰਾਂਗੇ ਪਾਣੀ ਇਸ ਵਜ੍ਹਾ ਤੋਂ ਲਗਾਇਆ ਹੈ ਕਿ ਸਾਰ ਨਾ ਜਲਣਾ ਸਭ ਤੋਂ ਪਹਿਲਾਂ ਜੀ ਅਸੀਂ ਨਮਕ ਸ਼ਾਮਿਲ ਕਰਾਂਗੇ ਨਮਕ ਰਸ ਬਿਜ਼ਾਇਕਾ ਸ਼ਾਮਿਲ ਕਰੋ ਤੁਸੀਂ ਵਿੱਚ ਇੱਕ ਚਮਚ ਜਿਹੜਾ ਹਲਦੀ ਦਾ ਸ਼ਾਮਿਲ ਕਰ ਦੋ ਨਾਲ ਤੁਸੀਂ ਜੀ ਦਰਦਰੀ ਮਰਚ ਜਿਹੜੀਆਂ ਨਾ ਉਹ ਸ਼ਾਮਿਲ ਕਰ ਦੇਣੀ ਹੈ ਠੀਕ ਹੈ ਜੀ ਨਾਲ ਅਸੀਂ ਸੁੱਕਾ ਤੇਨੇ ਦਾ ਪਾਊਡਰ ਸ਼ਾਮਿਲ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰਕੇ ਤੇ ਅਸੀਂ ਵਧੀਆ ਜਿਹਾ ਤੜਕਾ ਲਾ ਲਵਾਂ ਵਧੀਆ ਜਿਹਾ ਇਹ ਸਾਰੇ ਮਸਾਲੇ ਨੂੰ ਅਸੀਂ ਭੁੰਨ ਲੈਣਾ ਤਾਂ ਕਿ ਖੁਸ਼ਬੂ ਦੂਰ ਦੂਰ ਤੱਕ ਜਾਵੇ ਤੇ ਵਧੀਆ ਜਿਹਾ ਖੁਸ਼ਬੂਦਾਰ ਸਾਡਾ ਸਾਲਣ ਤਿਆਰ ਹੋ ਜਾ ਠੀਕ ਹੈ ਇਹਨਾਂ ਨੂੰ ਵਧੀਆ ਜਿਹਾ ਅਸੀਂ ਭੁੰਨ ਲੈਣਾ ਪੋਂਦੇਰੋ ਤੇ ਇਹ ਜਿੰਨੀ ਦੇਰ ਤੱਕ ਜੇ ਕਿਉਂ ਨਾ ਛੱਡੇ ਉਹਦੇ ਤੱਕ ਤੁਸੀਂ ਇਹਨਾਂ ਨੂੰ ਭੁੰਨ ਲੈਣਾ ਭੁੰਨ ਕੇ ਤੇ ਇਹਦੇ ਵਿੱਚ ਤੁਸੀਂ ਸ਼ਾਮਿਲ ਕਰ ਦੇਣੀ ਹੈ ਟਿੰਡੀਆਂ ਤਾਂ ਕਿ ਇਹ ਵੀ ਨਾਲ ਹੀ ਸਾਡੀਆਂ ਜਿਹੜੀਆਂ ਨਾ ਟਿੰਡੀਆਂ ਦਾ ਸਾਲਾ ਜਿਹੜਾ ਟਿੰਡੀਆਂ ਵੀ ਵਧੀਆ ਜੇ ਗਲ ਜਾਣ ਤੇ ਵਧੀਆ ਇਹਨਾਂ ਨੂੰ ਵੀ ਤੜਕਾ ਲੱਗ ਜਾਵੇ ਠੀਕ ਹੈ ਜੀ ਇਹਨੂੰ ਅਸੀਂ ਸ਼ਾਮਿਲ ਕਰਕੇ ਮਿਕਸ ਕਰਕੇ ਵਧੀਆ ਜਾਂ ਇਹਨੂੰ ਤੁਸੀਂ ਟੱਕੇ 5 ਜਾਂ 7 ਮਿੰਟ ਵਾਸਤੇ ਤੁਸੀਂ ਇਹਨੂੰ ਟੱਕੇ ਤੇ ਪਕਾਣ ਦਿਓ ਤਾਂ ਕਿ ਜਿਹੜਾ ਪਾਣੀ ਹੈ ਨਾ ਸਬਜ਼ੀ ਦਾ ਖੁਦ ਉਹ ਛੱਡੇ ਤੇ ਜਿਹੜਾ ਪਾਣੀ ਸਬਜ਼ੀ ਦਾ ਛੱਡਦੀ ਹੈ ਕਿ ਨਾ ਸਾਨੂੰ ਖੁਦ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਉਹਦੇ ਵਿੱਚ ਹੀ ਸਾਰੀ ਸਬਜ਼ ਕੇ ਸਿੱਧਾਮ ਲਗਾ ਕੇ ਇਸੇ ਤਰੀਕੇ ਨਾਲ ਛੱਡਦਾ 5-10 ਮਿੰਟ ਤੱਕ ਤੇ ਵਧੀਆ ਜ ਮਾਸ਼ਾਅੱਲਾ ਜੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਸਾਲਾ ਨਾ ਉਹ ਮਤਲਬ ਬਹੁਤ ਕਰੀਬਾ ਤਿਆਰ ਹੋ ਜਾਣਾ ਹੈ ਤੁਹਾਡਾ ਮਾਸ਼ਾਅੱਲਾ ਅਲਹਮਦੁਲਿਲਾ ਬਹੁਤ ਹੀ ਜਿਹੜੇ ਆਸਾਨ ਤਰੀਕੇ ਨਾਲ ਮੈਂ ਅੱਜ ਦਾ ਸਾਲਨ ਬਣਾਇਆ ਹੈ ਅੱਜ ਦੀ ਰੈਸਪੀ ਤੁਹਾਡੇ ਵਾਸਤੇ ਲੈ ਕੇ ਆਈਆਂ ਅਲਹਮਦੁਲਿਲਾ ਜੀ ਇਹਦੇ ਉੱਪਰ ਤੁਸੀਂ ਜਿਹੜਾ ਹੈ ਨਾ ਧਨੀਆ ਛਿੜਕ ਕੇ ਮਤਲਬ ਧਨੀਆ ਡਾਲ ਕੇ ਤੇ ਤੁਸੀਂ ਇਹਨੂੰ ਪੱਕਣ ਵਾਸਤੇ ਰੱਖ ਦੇਣਾ ਤੇ ਅਲਹਮਦੁਲਿਲਾ ਅਲਹਮਦੁਲਿਲਾ ਸਾਡੀ ਅੱਜ ਦੀ ਸਬਜ਼ੀ ਤਿਆਰ ਆ ਅੱਜ ਦੀ ਸਾਡੀ ਰੈਸਪੀ ਜਿਹੜੀ ਹੈ ਨਾ ਬਿਲਕੁਲ ਤਿਆਰ ਆ ਅਲਹਮਦੁਲਿਲਾ ਅਸੀਂ ਪਾਣੀ ਸ਼ਾਮਿਲ ਨਹੀਂ ਕੀਤਾ ਬਿਲਕੁਲ ਇਸੇ ਤਰੀਕੇ ਨਾਲ ਹੀ ਅਸੀਂ ਜਿਹੜਾ ਨਾ ਅੱਜ ਦੀ ਸਬਜ਼ੀ ਜਿਹੜੀ ਹੈ ਤਿਆਰ ਕੀਤੀ ਬਿਨਾਂ ਪਾਣੀ ਤੋਂ ਤੇ ਇਹ ਬਹੁਤ ਹੀ ਵਧੀਆ ਲੱਗਦੀ ਬਹੁਤ ਮਜ਼ਾ ਆਗਦੀ ਸਭ ਜ਼ਰੂਰ ਸ਼ੌਕਨਾਂ ਖਾਨਗੇ ਬੱਚੇ ਵੀ ਜ਼ਰੂਰ ਸ਼ੌਕਨਾਂ ਖਾਨਗੇ ਤੇ ਬੜੇ ਵੀ ਜ਼ਰੂਰ ਸ਼ੌਕਨਾਂ ਖਾਨਗੇ ਤੁਸੀਂ ਇੱਕ ਵਾਰੀ ਜ਼ਰੂਰ ਅਨ ਟ੍ਰਾਈ ਕਰੋ ਤੇ ਮਾਸ਼ਾਅੱਲਾ ਅਲhamdulillah ਬਹੁਤ ਵਧੀਆ ਤੁਹਾਡੇ ਵੀ ਤਿਆਰ ਹੋਊਗੀ ਠੀਕ ਹੈ ਜੀ ਅਲhamdulillah ਅਲhamdulillah ਬਹੁਤ ਹੀ ਮਜ਼ੇਦਾਰ ਜੀ ਸਾਡੀ ਅੱਜ ਦੀ ਰੈਸਪੀ ਤਿਆਰ ਆ ਅਲhamdulillah ਜੀ ਬਹੁਤ ਆਸਾਨ ਜਿਹੇ ਤਰੀਕੇ ਦੇ ਨਾਲ ਮੈਂ ਤਿਆਰ ਕੀਤੀ ਆ ਅਗਰ ਜੀ ਤੁਹਾਨੂੰ ਮੇਰਾ ਬਣਾਉਣ ਦਾ ਤਰੀਕਾ ਚੰਗਾ ਲੱਗਦਾ ਹੋਵੇ ਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਨਾ ਮੈਂ ਫੇਰ ਆਜਰ ਹੋਵਾਂਗੀ ਇੱਕ ਨ